ਬਠਿੰਡਾ ਵਿੱਚ 925 ਕਰੋੜ ਰੁਪਏ ਦੀ ਲਾਗਤ ਨਾਲ 170 ਏਕੜ ਵਿੱਚ ਬਣ ਰਹੇ ਏਮਜ਼ ਹਸਪਤਾਲ ਦੀ ਉਸਾਰੀ ਦੇ ਕੰਮ ਦਾ ਜਾਇਜ਼ਾ ਲੈਣ ਪੁੱਜੀ ਅੱਜ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਏਮਜ਼ ਸਾਈਟ 'ਤੇ ਪੁੱਜੇ, ਜਿੱਥੇ ਉਹਨਾਂ ਚੱਲ ਰਹੇ ਕੰਮਾਂ ਬਾਰੇ ਇੰਜੀਨੀਅਰਾਂ ਤੋਂ ਜਾਣਕਾਰੀ ਹਾਸਲ ਕੀਤੀ। ਨਹੀਂ, ਇਹ ਜਦੋਂ ਵੀ ਮੈਂ ਇਲਾਕੇ 'ਚ ਆਉਂਦੀ ਹਾਂ ਇੱਥੇ ਸਾਈਟ 'ਚ ਜ਼ਰੂਰ ਆਉਂਦੀ ਹਾਂ, ਕਿਉਂਕਿ ਇਹ ਇੱਕ ਮੇਰਾ ਸੁਪਨਾ ਸੀ ਕਿ ਇਸ ਇਲਾਕੇ ਦੀ ਸਿਹਤ ਸਹੂਲਤਾਂ ਵਾਸਤੇ। ਜਦ ਮੈਂ 2009 'ਚ ਪਹਿਲੀ ਵਾਰੀ MP ਬਣੀ ਸੀ ਅਤੇ ਬਹੁਤ ਵੱਡੀ ਚਰਚਾ ਸੀਗੀ ਜਿਹੜੀ ਉਹ ਕੈਂਸਰ ਐਕਸਪ੍ਰੈਸ ਬੀਕਾਨੇਰ ਜਾਂਦੀ ਹੈ, ਅਤੇ ਪਾਰਲੀਮੈਂਟ 'ਚ ਵੀ ਜਦ ਮੈਂ ਬੋਲੀ ਤਾਂ ਮੇਰੇ ਸਭ ਤੋਂ ਪਹਿਲਾਂ ਮੇਰੇ ਅੰਦਰ ਆਹੀ ਸੀ ਕਿ ਕੁਛ ਇਹੋ ਜਿਹੀ ਸਿਹਤ ਸਹੂਲਤਾਂ ਲੈ ਕੇ ਜਿੱਥੇ ਦੁਨੀਆ ਭਰ ਦੇ ਲੋਕ ਇੱਥੇ ਆਉਣ, ਨਾ ਕਿ ਮੇਰੇ ਇਲਾਕੇ ਦੇ ਲੋਕਾਂ ਨੂੰ ਬਾਹਰ ਕਿੱਥੇ ਭੱਜਣਾ ਪਏ। ਪਰਮਾਤਮਾ ਦਾ ਸ਼ੁਕਰਾਨਾ ਕਿ ਆਪਣੀ ਸਰਕਾਰ ਬਣੀ ਅਤੇ ਮੋਦੀ ਸਾਹਿਬ ਨੇ ਸਭ ਤੋਂ ਪਹਿਲੀ ਵੱਡੀ ਦੇਣ ਪੰਜਾਬ ਸੂਬੇ ਨੂੰ ਇਹ ਏਮਜ਼ ਦੀ ਦਿੱਤੀ, ਅਤੇ ਉਸ ਏਮਜ਼ ਨੂੰ ਮੈਂ ਆਪਣੇ ਇਲਾਕੇ ਵਿੱਚ ਲੈ ਕੇ ਆਈ। ਆਪਣੀ ਸਰਕਾਰ ਦੇ ਹੁੰਦੇ ਹੁੰਦੇ ਇਹਦਾ ਜ਼ਮੀਨ ਦਾ ਸਾਰਾ ਇੰਤਜ਼ਾਮ ਕਰਾਇਆ, ਬਾਉਂਡਰੀ ਵਾਲ ਕਰਾਈ, ਜੋ ਕੁਛ ਆਪਾਂ ਕਰਾ ਸਕਦੇ ਸੀ ਉਹ ਸਾਲ ਵਿੱਚ ਕਰਾਇਆ, ਲੇਕਿਨ ਸਰਕਾਰ ਬਦਲਣ ਦੇ ਬਾਅਦ ਸਾਲ ਪਰ ਬਿਲਕੁਲ ਕੰਮ ਠੱਪ ਹੋ ਗਿਆ, ਕਿਉਂਕਿ ਕੋਈ ਮਨਜ਼ੂਰੀਆਂ ਕੈਪਟਨ ਸਾਹਿਬ ਨੇ ਨਹੀਂ ਦਿੱਤੀਆਂ। ਉਹ ਬਹੁਤ ਜ਼ੋਰ ਲਾ ਕੇ ਹਰ ਪੱਖੋਂ ਪ੍ਰੈਸ਼ਰ ਪਾ ਕੇ ਕੰਮ ਅਖੀਰ 'ਚ ਮੈਂ ਬਿਨਾਂ ਮਨਜ਼ੂਰੀਆਂ ਦਾ ਮੈਂ ਸ਼ੁਰੂ ਕਰਾਇਆ, ਅਤੇ ਉਹਦੇ ਬਾਅਦ ਮਨਜ਼ੂਰੀਆਂ ਕੁਛ ਆ ਗਈਆਂ। ਅੱਜ ਤਾਈਂ ਵੀ ਕਈ ਚੀਜ਼ਾਂ ਜਿਹੜੀ ਸਵਾ ਸਾਲ ਤੋਂ ਮੰਗ ਰਹੇ ਅੱਜ ਤਾਈਂ ਵੀ ਪੂਰੀ ਨਹੀਂ ਹੋਈਆਂ। ਜਿਵੇਂ ਇੱਥੇ ਇੱਕ 66 KVA ਦਾ ਸਬਸਟੇਸ਼ਨ ਚਾਹੀਦਾ ਹੈਗਾ, ਹੁਣ ਤੁਸੀਂ ਉਹਨੇ ਦੇਖ ਕੇ ਆਏ ਕਿ ਜਿਹੜੀ ਇੱਥੇ ਦੀ ਸਬਸਟੇਸ਼ਨ ਹੈ ਉਹਦਾ ਕੰਮ ਸ਼ੁਰੂ ਹੋ ਗਿਆ। ਇਹ OPD ਜਿਹੜਾ ਸਾਡਾ ਟਾਰਗੇਟ ਸੀਗਾ ਫੈਬਰਰੀ ਤਾਈਂ, ਤੁਸੀਂ ਦੇਖ ਰਹੇ ਹੋ ਕਿੰਨੀ ਤੇਜ਼ੀ ਨਾਲ, ਲੇਕਿਨ ਇਹ ਤਿਆਰ ਹੋ ਕੇ ਚੱਲ ਹੀ ਨਹੀਂ ਪਾਊਗਾ ਕਿਉਂਕਿ ਬਿਜਲੀ ਦਾ ਗ੍ਰਿਡ ਸੂਬੇ ਦੀ ਸਰਕਾਰ ਨੇ ਬਣਾਉਣਾ ਹੈ। ਉਹਨਾਂ ਨੇ ਆਪਣਾ ਕੰਮ ਅੱਜ ਤਾਈਂ ਨਹੀਂ ਸ਼ੁਰੂ ਕੀਤਾ। ਜਿਹੜੇ ਇਹਦੇ ਵਿੱਚੋਂ ਖਾਲ ਨਿਕਲਦਾ ਹੈਗਾ, ਉਹ ਖਾਲ ਬਾਹਰ ਕੱਢਣਾ ਸੀ, ਉਹ ਅੱਜ ਤਾਈਂ ਵੀ ਖਾਲ ਉੱਥੇ ਪਿਆ, ਅਜੇ ਵੀ ਉਹਦੀ ਟੈਂਡਰ ਵੀ ਨਹੀਂ ਹੋਇਆ। ਅਤੇ ਜਿਸ ਦਿਨ ਇਹ ਕੰਮ ਸਾਰਾ ਸ਼ੁਰੂ ਹੋ ਜਾਊਗਾ ਉਹ ਖਾਲ ਬੰਦ ਕਰਨਾ ਪਊਗਾ, ਅਤੇ ਉੱਥੇ ਸਾਰੇ ਆਸ ਪਾਸ ਦੇ ਪਿੰਡਾਂ ਨੂੰ ਉਹਦਾ ਨੁਕਸਾਨ ਹੋਊਗਾ। ਸੋ ਕਈ ਇਹੋ ਜਿਹੀ ਚੀਜ਼ਾਂ ਜਿਹੜੇ ਸੂਬੇ ਦੀ ਸਰਕਾਰ ਨੇ ਕੋਲ, ਬਹੁਤ ਉਹਨਾਂ ਦੀ ਸਪੀਡ ਸਲੋਅ ਹੈਗੀ, ਲੇਕਿਨ ਮੈਂ ਹਾਈਟਸ ਨੂੰ ਅਤੇ ਇੱਥੇ ਨਗਰ ਜੁਨਾ ਕੰਪਨੀ ਜਿਹੜੀ ਕਰ ਰਹੀ ਹੈ ਉਹਨਾਂ ਦਾ ਸ਼ੁਕਰਾਨਾ ਕਰਦੀ ਹਾਂ ਕਿ ਜਦੋਂ ਵੀ ਮੈਂ ਆਉਂਦੀ ਹਾਂ ਇੱਥੇ ਮੈਂ ਦੇਖਦੀ ਹਾਂ ਕਿ ਕੰਮ ਪੂਰੇ ਲੈਵਲ ਨਾਲ ਖਿੱਚਿਆ ਹੋਇਆ, ਭਾਵੇਂ OPD ਜਿਹੜੇ ਮੇਰੇ ਪਿੱਛੇ ਸਾਹਮਣੇ ਮੈਡੀਕਲ ਕਾਲਜ ਦਾ ਕੰਮ ਚੱਲ ਰਿਹਾ, ਉਹ ਤੁਸੀਂ ਸਬਸਟੇਸ਼ਨ ਦਾ ਦੇਖਿਆ, ਉਸ ਪਾਸੇ ਆਯੂਸ਼ ਦੀ ਬਿਲਡਿੰਗ ਵੀ, ਇਹ ਸਾਰਾ ਅਸੀਂ OPD ਅਤੇ ਆਯੂਸ਼ ਦੀ ਬਿਲਡਿੰਗ ਫੈਬਰਰੀ 'ਚ ਸ਼ੁਰੂ ਕਰਕੇ ਤਾਂ ਕਿ ਪੇਸ਼ੈਂਟਸ ਇੱਥੇ ਆਉਣੇ ਸ਼ੁਰੂ ਹੋ ਜਾਏ, ਇਹ ਸਾਡਾ ਨਿਸ਼ਾਨਾ ਹੈ। ਮੈਡੀਕਲ ਕਾਲਜ ਜੂਨ ਤਾਈਂ ਸ਼ੁਰੂ ਹੋ ਜਾਏ ਅਤੇ ਇਹ ਸਾਰੀ ਫੈਸਿਲਿਟੀਜ਼ ਤੀਜੇ ਫੇਜ਼ 'ਚ ਤਾਂ ਪੂਰਾ ਹੀ ਖਤਮ ਹੋ ਜਾਊਗਾ। ਸੋ ਆਪਣੇ ਵੱਲੋਂ ਮੈਂ ਇੱਥੇ ਆ ਕੇ ਪੂਰੀ ਨਿਗਰਾਨੀ ਇਹਨਾਂ ਦੇ ਉੱਤੇ ਚੈੱਕ ਵੀ ਰੱਖਦੀ ਹਾਂ, ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਕਿ ਜਿੰਨੇ ਵੀ ਏਮਜ਼ ਬਣ ਰਹੇ ਨੇ ਸਭ ਤੋਂ ਤੇਜ਼ੀ ਦੀ ਸਪੀਡ ਦੇ ਨਾਲ ਜੇ ਕੋਈ ਬਣ ਰਿਹਾ ਹੈ ਉਹ ਇਹ ਵਾਲਾ ਏਮਜ਼ ਬਣ ਰਿਹਾ, ਕਿਉਂਕਿ ਸੈਂਟਰ 'ਚੋਂ ਕਿਸੇ ਚੀਜ਼ ਦੀ ਲੋੜ ਹੈ ਅਤੇ ਉਹ ਮੈਂ ਆਪ ਤਾਲਮੇਲ ਕਰਦੀ ਹਾਂ, ਸੂਬੇ ਦੀ ਸਰਕਾਰ ਦੀ ਘਾਟ ਕਮੀਆਂ ਹੋਣ ਤਾਂ ਉਹ ਚਿੱਠੀਆਂ ਲਿਖ ਕੇ ਦਬਾਅ ਪਾਉਂਦੀ ਹਾਂ। ਸੋ ਇਹਨਾਂ ਦੀ ਕੰਪਨੀ ਵਾਲਿਆਂ ਨੂੰ ਜੇ ਕਿਸੇ ਚੀਜ਼ ਦੀ ਤਕਲੀਫ ਹੁੰਦੀ ਹੈ ਇਹ ਮੈਂ ਸਿੱਧਾ ਰਾਬਤਾ ਇਹਨਾਂ ਦੇ ਨਾਲ ਰੱਖ ਕੇ ਕੋਸ਼ਿਸ਼ ਕਰਦੀ ਹਾਂ ਕਿ ਉਹ ਸਾਰੇ ਰੋਡ ਬਲੋਕਸ ਹਟਾਏ ਜਾਏ, ਕਿ ਸਾਡੀ ਸਰਕਾਰ ਦੇ ਹੁੰਦੇ ਹੁੰਦੇ ਇਹ ਬਣ ਜਾਏ, ਇਹ ਵੱਡੀ ਦੇਣ ਇਸ ਇਲਾਕੇ ਨੂੰ ਮਿਲ ਜਾਏ। ਅੱਜ ਇਹਦੇ ਇਹ ਕੰਮ ਸ਼ੁਰੂ ਹੋਣ ਦੇ ਨਾਲ ਹੀ ਕਿੰਨੇ ਸਾਰੇ ਇਸ ਇਲਾਕੇ ਦੇ ਲੋਕਾਂ ਨੂੰ ਰੋਜ਼ਗਾਰ ਦਾ ਸਾਧਨ ਮਿਲਿਆ ਹੈ। ਇੱਥੇ ਤਕਰੀਬਨ 1000 ਬੰਦੇ ਕੰਮ ਕਰਦੇ ਨੇ, ਹੌਲੀ ਹੌਲੀ ਇਹ ਵਧਣਗੇ, ਜਿਹਦੇ ਵਿੱਚ ਕਈ ਸਾਰੇ ਆਪਣੇ ਇਸ ਇਲਾਕੇ ਦੇ ਵੀ ਹੈਗੇ। ਸੋ ਇਹ ਤਾਂ ਅਜੇ ਸ਼ੁਰੂਆਤ ਹੈਗੀ, ਲੇਕਿਨ ਜਦ ਇਹ ਕੰਮ ਮੁਕੰਮਲ ਹੋਊਗਾ ਫਿਰ ਇਹੀ ਨਹੀਂ ਕਿ ਮਰੀਜ਼ਾਂ ਨੂੰ ਫਾਇਦਾ, ਗਰੀਬਾਂ ਨੂੰ ਫਾਇਦਾ, ਜਿੱਥੇ ਬਹੁਤ ਵਧੀਆ ਕੁਆਲਿਟੀ ਦਾ ਮੁਫਤ ਇਲਾਜ ਹੋਊਗਾ, ਲੇਕਿਨ ਇੱਥੇ ਕੰਮ ਕਰਨ ਵਾਲੇ ਡਾਕਟਰ ਹੋਣ, ਨਰਸ ਹੋਏ, ਸਟਾਫ ਹੋਏ, ਡਰਾਈਵਰ ਹੋਏ, ਹੋਸਟਲ, ਕੈਂਟੀਨ, ਰਿਕਸ਼ਾ, ਟੈਕਸੀ, ਇਹ ਪੂਰੇ ਬਠਿੰਡੇ ਦੀ ਨੁਹਾਰ ਬਦਲ ਜਾਓਗੇ। ਸੋ ਇੱਕ ਬਹੁਤ ਵੱਡੀ ਦੇਣ ਜਿਹੜਾ ਇੱਕ MP ਸ਼ਾਇਦ ਆਪਣੇ ਸੁਪਨੇ 'ਚ ਸੋਚਦਾ ਕਿ ਆਪਣੇ ਇਲਾਕੇ ਵਾਸਤੇ ਕਰ ਜਾ, ਅੱਜ ਪਰਮਾਤਮਾ ਦਾ ਸ਼ੁਕਰਾਨਾ ਕਰਦੀ ਹਾਂ, ਮੋਦੀ ਸਰਕਾਰ ਦਾ ਵੀ ਸ਼ੁਕਰਾਨਾ ਕਰਦੀ ਹਾਂ ਕਿ ਅਬ ਮੇਰੀ ਉਸ ਖੁਆਇਸ਼ ਨੂੰ ਪੂਰਾ ਕਰਨ ਵਾਸਤੇ ਇਹ ਸਾਹਮਣੇ ਦੇਖਦੇ ਹੋਏ ਬਹੁਤ ਹੀ ਦਿਲ ਨੂੰ ਤਸੱਲੀ ਹੁੰਦੀ ਹੈ। ਮੈਂ ਹੁਣੇ ਵੀ ਚੀਫ ਸੈਕਟਰੀ ਨੂੰ ਫੋਨ ਕਰੇ ਤਾਂ ਜੇ ਨਹੀਂ ਕਰਾਂ ਧਰਨੇ 'ਚ ਬਹਿ ਜਾਵਾਂਗੇ, ਅਤੇ ਇਹ ਤਾਂ ਨਹੀਂ ਕਿ ਇੰਨੀ ਵੱਡੀ ਸਾਰੀ ਦੇਣ ਨੂੰ ਅਸੀਂ ਪੰਜਾਬ ਸਰਕਾਰ ਦੀ ਖੋਖਲੀ ਅਤੇ ਛੋਟੀ ਸੋਚ ਕਰਕੇ ਇਸ ਵੱਡੀ ਦੇਣ ਨੂੰ ਅਸੀਂ ਲੋਕਾਂ ਤੋਂ ਦੂਰ ਰੱਖਾਂਗੇ। ਨਹੀਂ ਕਰਾਂਗੇ ਤਾਂ ਹੋਰ ਕੋਈ ਚੀਜ਼ ਸੋਚਾਂਗੇ, ਕਿਵੇਂ ਨਹੀਂ ਕਰਾਂਗੇ, ਕਰਾਂਗੇ ਦਬਾਅ ਪੂਰਾ ਪਾਵਾਂਗੇ ਕਿ ਬਣਾ ਕੇ ਦੇਣ। ਲੇਟ ਕਰ ਸਕਦੇ ਨਾ, ਰੋਕ ਤਾਂ ਸਕਦੇ ਨਹੀਂ, ਤੇ ਰੋਕਣਗੇ ਤੇ ਇਹਨਾਂ ਦੀ ਸਰਕਾਰ ਬਦਲਵਾ ਦਾਂਗੇ। ਵੱਡੀ ਗੱਲ ਨਹੀਂ, ਬਾਗੀ ਸੁਰਾਂ ਤਾਂ ਕਿਸੇ ਵੀ ਡੈਮੋਕਰੈਟਿਕ ਪਾਰਟੀ 'ਚ ਉੱਠ ਸਕਦੀਆਂ ਨੇ। ਜੇ ਕਿਸੇ ਨੂੰ ਪਾਰਟੀ ਦੇ ਨਾਲ ਕੋਈ ਤਕਲੀਫ ਹੈ, ਫਰਜ਼ ਬਣਦਾ ਕਿ ਪਾਰਟੀ ਪਲੇਟਫਾਰਮ 'ਤੇ ਤੁਸੀਂ ਰੇਜ਼ ਕਰੋ, ਕਿਉਂਕਿ ਬਹੁਤ ਲੰਬੇ ਚਿਰ ਤੋਂ ਤੁਸੀਂ ਉਸ ਪਾਰਟੀ ਦਾ ਸੁੱਖ ਭੋਗਿਆ ਹੈਗਾ, ਅਤੇ ਹੁਣ ਪਾਰਟੀ ਵੀ ਉਹੀ ਹੈ, ਲੀਡਰਸ਼ਿਪ ਵੀ ਉਹੀ ਹੈ, ਪ੍ਰਧਾਨ ਵੀ ਉਹੀ ਹੈ, ਸਰਪ੍ਰਸਤ ਵੀ ਉਹੀ ਹੈ, ਫੈਸਲੇ ਵੀ ਉਹੀ ਨੇ, ਕੋਈ ਨਵੀਂ ਚੀਜ਼ ਹੋਈ ਨਹੀਂ। ਲੇਕਿਨ ਇੱਕਦਮ ਤੁਹਾਨੂੰ ਕੁਝ ਪਾਰਟੀ 'ਚ ਜੇ ਗਲਤ ਲੱਗਣ ਲੱਗਿਆ ਤਾਂ ਪਾਰਟੀ 'ਚ ਰੇਜ਼ ਕਰਨਾ ਸੀ, ਲੇਕਿਨ ਜੇ ਤੁਸੀਂ ਕਿਸੇ ਹੋਰ ਕਾਰਨ ਨਹੀਂ ਕਰ ਰਹੇ ਹੋ ਫਿਰ ਉਹਦੇ ਬਾਰੇ ਮੈਂ ਕੁਝ ਕਮੈਂਟ